ਮੋਗਾ ਦੇ ਵਿੱਚ ਬਰਾਤ ਵਾਲੀ ਕਾਰ ਦੇ ਅੰਦਰ ਗੋਲੀ ਚੱਲੀ ਔਰ ਕਾਰ ਦੇ ਵਿੱਚ ਮੌਜੂਦ ਲੋਕਾਂ ਨੇ ਹੀ ਫਾਇਰ ਕੀਤਾ। ਬਰਾਤੀ ਨੇ ਕਾਰ ਚਾਲਕ ਨੂੰ ਗੋਲੀ ਮਾਰ ਦਿੱਤੀ। ਡਰਾਈਵਰ ਦੀ ਹਾਲਤ ਗੰਭੀਰ ਹੈ, ਹਸਪਤਾਲ ਦਾਖਲ ਕਰਾਇਆ ਗਿਆ। ਵਿਆਹ ਦੇ ਲਈ ਗੱਡੀ ਬੁੱਕ ਕੀਤੀ ਗਈ ਸੀ, ਬੁਕਿੰਗ ਕਰਾਉਣ ਵਾਲਿਆਂ ਨੇ ਹੀ ਗੋਲੀ ਮਾਰੀ ਹੈ। ਮੋਗਾ ਦੇ ਸਿੰਘਾਂਵਾਲਾ ਨੇੜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਵਾਰਦਾਤ ਜਿਹੜੀ ਹੈਗੀ ਹੈ ਸਿੰਘਾਂਵਾਲਾ ਦੇ ਨੇੜੇ ਔਰ ਇਹ ਉਹ ਕਾਰ ਹੈਗੀ ਹੈ ਜਿਸ 'ਤੇ ਡਰਾਈਵਰ ਨੂੰ ਗੋਲੀ ਮਾਰੀ ਗਈ ਹੈ। ਡੋਲੀ ਦੀ ਕਾਰ ਜਿਹੜਾ ਹੈਗਾ ਡਰਾਈਵਰ ਸਜਾ ਕੇ ਲਿਆਇਆ ਸੀ, ਤਿਆਰ ਕਰਕੇ ਲਿਆਇਆ ਸੀ, ਪਰ ਡਰਾਈਵਰ ਨੂੰ ਗੋਲੀ ਮਾਰੀ ਗਈ ਔਰ ਬਰਾਤੀ ਨੇ ਹੀ ਗੋਲੀ ਮਾਰੀ ਹੈ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ। ਮੋਗਾ ਦੇ ਸਿੰਘਾਂਵਾਲਾ ਦੀ ਇਹ ਘਟਨਾ ਦੱਸੀ ਜਾ ਰਹੀ ਹੈ। PB76B2325 ਨੰਬਰ ਇਸ ਗੱਡੀ ਦਾ ਹੈਗਾ ਔਰ ਇਸਦੇ ਡਰਾਈਵਰ ਨੂੰ ਗੋਲੀ ਮਾਰੀ ਗਈ। ਵਜ੍ਹਾ ਕੀ ਰਹੀ ਹੈ, ਕਿਉਂ ਗੋਲੀ ਮਾਰੀ ਗਈ ਹੈ, ਆਪਣੇ ਆਪ ਵਿੱਚ ਸਵਾਲ ਹੈ। ਬਰਾਤ ਵਾਲੀ ਕਾਰ ਦੇ ਵਿੱਚ ਇਹ ਗੋਲੀ ਚੱਲੀ ਹੈ। ਇਹ ਸਜੀ ਹੋਈ ਕਾਰ ਲੈ ਕੇ ਡਰਾਈਵਰ ਆਇਆ ਸੀ ਔਰ ਡਰਾਈਵਰ ਨੂੰ ਗੋਲੀ ਮਾਰੀ ਗਈ, ਉਹ ਬਰਾਤੀ ਨੇ ਗੋਲੀ ਮਾਰੀ ਹੈ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਹਨਾਂ ਦਾ ਆਪਾਂ ਨੂੰ ਫੋਨ ਆਇਆ ਜੀ, ਆਪਾਂ ਤਾਂ ਡੈਥ 'ਤੇ ਗਏ ਹੋਏ ਸੀਗੇ ਇਹਦੇ, ਅਤੇ ਕਹਿੰਦੇ ਵੀ ਮੇਰੇ ਗੋਲੀ ਲੱਗ ਗਈ, ਮਾੜਾ ਜਲਦੀ ਆ ਜਾਓ, ਕਹਿੰਦੇ ਸਿੰਘਾਂ ਵਾਲੇ ਕੋਲ ਬਸ ਉਦੋਂ ਅਸੀਂ ਚਲੇ ਗਏ ਹਾਂ ਅਤੇ ਵਾਪਸ ਸਾਨੂੰ ਰਸਤੇ 'ਚ ਪਾਵਰ ਗ੍ਰਿੱਡ ਕੋਲ ਮਿਲ ਗਏ ਸੀ, ਉਹਦੇ ਨਾਲ ਹੀ ਵਾਪਸ ਆ ਗਏ ਸੀ। ਕਿਹਦਾ ਫੋਨ ਆਇਆ ਸੀ? ਨਵਦੀਪ ਸਿੰਘ ਦਾ ਜੀ। ਇਹ ਕੀ ਲੱਗਦੇ ਤੁਹਾਨੂੰ? ਆਪਣੇ ਫਰੈਂਡ ਹੀ ਹੈ ਜੀ। ਇਹ ਕਿੱਥੇ ਜਾ ਰਹੇ ਸੀ? ਇਹ ਬਰਾਤ ਸੀਗੀ ਇਹਨਾਂ ਕੋਲ। ਹਾਂਜੀ ਹਾਂਜੀ। ਇਹ ਗੱਡੀ ਦੇ ਡਰਾਈਵਰ ਹੈ? ਇਹ ਆਪਣੀ ਗੱਡੀ ਨਹੀਂ, ਆਪਣੀ ਹੈ। ਹਾਂਜੀ ਹਾਂਜੀ। ਸਟੈਂਡ 'ਤੇ ਚਲਾਉਂਦੇ ਆ। ਇਕੱਲੇ ਸੀਗੇ? ਹਾਂਜੀ ਹਾਂਜੀ, ਇਕੱਲੇ ਸੀ ਘਰੋਂ। ਤੇ ਕੀ ਹੋਰ ਕੀ ਪਤਾ ਲੱਗਿਆ ਤੁਹਾਨੂੰ? ਹੋਰ ਤਾਂ ਕੁਛ ਨਹੀਂ ਹੈਗਾ, ਹੁਣ ਤਾਂ ਰੈਫਰ ਕਰਤਾ ਜੀ ਉਹਨੂੰ। ਕਿੰਨੀਆਂ ਗੋਲੀਆਂ ਲੱਗੀਆਂ? ਗੋਲੀ ਦੋ ਕਹਿੰਦੇ ਆ ਜੀ। ਸਾਨੂੰ ਮਨਜੀਤ ਸਿੰਘ ਪੁਰਾਣਾ ਮੋਗਾ ਦਾ ਰਹਿਣ ਵਾਲਾ, ਉਹਦੀ ਗੱਡੀ 2-3 ਦਿਨ ਪਹਿਲਾਂ ਬੁੱਕ ਕਿਸੇ ਨੇ ਨਾਮ ਨੂੰ ਵੇਖਦੇ ਨੇ ਕਰਾਈ ਸੀ ਕਿ ਆਪਾਂ ਬਰਾਤ ਜਾਣਾ। ਅੱਜ ਉਹ ਗੱਡੀ ਸਜਾਵਟ ਕਰਾ ਕੇ ਉਹਨਾਂ ਨਾਲ ਬਹਿ ਕੇ ਚਲਾਇਆ, ਚੱਲ ਪਿਆ ਸੀ ਵੀ ਆਪਾਂ ਸਿੰਘਾਂ ਵਾਲੇ ਤੋਂ ਅੱਗੇ ਬਾਘਾ ਪੁਰਾਣਾ ਸਾਈਡ ਬਰਾਤ ਜਾਣਾ। ਜਦ ਉਹਦੇ ਨਾਲ ਉੱਥੋਂ ਤੱਕ ਬੈਠੇ ਗਏ, ਪਿੱਛੇ ਬੈਠੇ ਸੀ, ਉਹਨਾਂ ਨੇ ਜਾ ਕੇ ਸਿੰਘਾਂ ਵਾਲੇ ਕੋਲ ਉਹਦੇ ਫਾਇਰ ਮਾਰਿਆ ਜੀ। ਕਿੰਨੀਆਂ ਗੋਲੀਆਂ ਮਾਰੀਆਂ? ਇਹ ਨਹੀਂ ਜੀ ਮੈਂ ਕਹਿ ਸਕਦਾ। ਇਹ ਕਾਰਨ ਕੀ? ਪਹਿਲਾਂ ਬੁੱਕ ਕਰਾਈ ਸੀ ਗੱਡੀ ਇਹਦੇ ਤੋਂ? ਹਾਂ ਪਹਿਲਾਂ ਬੁੱਕ ਕਰਾਈ ਸੀ। ਇਹਨਾਂ ਨੇ ਇਹਨਾਂ ਦਾ ਆਪਾਂ ਨੂੰ ਫੋਨ ਆਇਆ ਜੀ, ਆਪਾਂ ਤਾਂ ਡੈਥ 'ਤੇ ਗਏ ਹੋਏ ਸੀਗੇ ਇਹਦੇ, ਅਤੇ ਕਹਿੰਦੇ ਵੀ ਮੇਰੇ ਦੀਪਕ ਸਿੰਗਲਾ ਮੇਰੇ ਸਹਿਯੋਗੀ ਫੋਨ ਲਾਈਨ 'ਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ। ਦੀਪਕ, ਇਹ ਮਸਲਾ ਸਮਝਣਾ ਚਾਹਾਂਗੇ। ਡਰਾਈਵਰ ਦੇ ਸਾਥੀ ਕਹਿ ਰਹੇ ਨੇ, ਜਿਹੜਾ ਕਾਰ ਦਾ ਮਾਲਕ ਵੀ ਹੈਗਾ ਉਸਦੇ ਸਾਥੀ ਕਹਿ ਰਹੇ ਨੇ ਕਿ ਉਹ ਉਗ 'ਤੇ ਗਏ ਹੋਏ ਸੀ, ਉਹਨਾਂ ਰਸਤੇ 'ਚ ਖੁਦ ਕਾਰ ਦੇ ਮਾਲਕ ਦਾ, ਡਰਾਈਵਰ ਦਾ ਹੀ ਫੋਨ ਆਉਂਦਾ ਕਿ ਉਸਨੂੰ ਗੋਲੀਆਂ ਵੱਜੀਆਂ ਨੇ ਔਰ ਰਸਤੇ ਵਿੱਚੋਂ ਆਉਂਦੇ ਹੋਏ ਉਹਨਾਂ ਨੂੰ ਮਿਲ ਗਿਆ। ਉਸ ਤੋਂ ਬਾਅਦ ਉਸਨੂੰ ਹਸਪਤਾਲ ਲੈ ਕੇ ਆਏ ਜਿੱਥੋਂ ਉਸਨੂੰ ਹੁਣ ਉਸਦਾ ਇਲਾਜ ਕੀਤਾ ਜਾ ਰਿਹਾ, ਰੈਫਰ ਕੀਤਾ ਗਿਆ। ਪਰ ਇਹ ਹੋਇਆ ਕਿਵੇਂ, ਵਾਰਦਾਤ ਹੋਈ ਕਿਵੇਂ, ਗੋਲੀ ਮਾਰਨ ਵਾਲਾ ਕੌਣ ਸੀ, ਗੋਲੀ ਮਾਰਨ ਦੀ ਵਜ੍ਹਾ ਕੀ ਸੀ, ਕੀ ਪੂਰਾ ਘਟਨਾਕ੍ਰਮ ਕੀ ਹੈਗਾ ਦੀਪਕ? ਦੇਖੋ ਸਰ, ਇਹ ਨਵਦੀਪ ਸਿੰਘ ਹੈ ਜਿਹੜਾ ਡਰਾਈਵਰ ਹੈ ਜੀ, ਗੋਲੀ ਲੱਗਣ ਦੇ ਕਾਰਨ ਜ਼ਖਮੀ ਹੋਇਆ, ਜਿਹਨੂੰ ਲੁਧਿਆਣਾ ਰੈਫਰ ਕੀਤਾ ਗਿਆ। ਉਹ ਸਵਿਫਟ ਕਾਰ ਦਾ ਡਰਾਈਵਰ ਹੈ। ਉਹ ਦਿਨ ਪਹਿਲਾਂ ਉਹਦੇ ਕੋਲੋਂ ਕੁਝ ਲੋਕਾਂ ਨੇ ਕਾਰ ਬੁੱਕ ਕਰਾਈ ਸੀ ਕਿ ਆਪਾਂ ਬਰਾਤ ਲੈ ਕੇ ਜਿਹੜਾ ਬਾਘਾ ਪੁਰਾਣਾ ਜਾਣਾ, ਪਰ ਅੱਜ 8:30 ਦੇ ਕਰੀਬ ਹੈ, ਜਿਹੜਾ ਸ਼ੇਖਾਂ ਵਾਲੇ ਚੌਂਕ ਦੇ ਕੋਲ ਇੱਕ ਧਾਲੀਵਾਲ ਫਲਾਵਰ ਡੈਕੋਰੇਸ਼ਨ ਵਾਲਾ ਹੈ, ਉਹਦੇ ਕੋਲ ਜਿਹੜੀ ਹੈ ਗੱਡੀ ਆਈ ਸੀ ਸਵਿਫਟ ਡਿਜ਼ਾਇਰ, ਨਵਦੀਪ ਆਪ ਲੈ ਕੇ ਆਇਆ ਸੀਗਾ ਔਰ ਉੱਥੇ ਗੱਡੀ ਨੂੰ ਸਜਾਇਆ ਗਿਆ। ਜਿਸ ਤੋਂ ਬਾਅਦ ਉਸੇ ਜਗ੍ਹਾ ਤੇ ਦੋ ਜਣੇ ਆਉਂਦੇ ਆ, ਉਸੀ ਗੱਡੀ ਦੇ ਵਿੱਚ ਬਹਿੰਦੇ ਆ ਔਰ ਗੱਡੀ ਉੱਥੋਂ ਸਜਾ ਕੇ ਚਲੇ ਜਾਂਦੇ ਆ, ਔਰ ਉਸ ਤੋਂ ਬਾਅਦ ਸਿੰਘਾਂਵਾਲਾ ਦੇ ਕੋਲ ਜਿੱਥੇ ਜਾ ਕੇ ਆ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ, ਜਿਸਦੇ ਨਾਲ ਜਿਹੜਾ ਨਵਦੀਪ ਸਿੰਘ ਕਾਰ ਡਰਾਈਵਰ ਹੈ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ, ਉਹਨੂੰ ਮੋਗਾ ਦੇ ਸਰਕਾਰੀ ਹਸਪਤਾਲ ਲਿਆਇਆ ਜਾਂਦਾ, ਉਸ ਤੋਂ ਬਾਅਦ ਉਹਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਹੈ ਪੂਰੀ ਜਾਂਚ ਕਰ ਰਹੀ ਹੈ, ਸੀਸੀਟੀਵੀ ਦੇ ਕੈਮਰੇ ਸੰਘਾਲੇ ਜਾ ਰਹੇ ਹੈ ਕਿ ਕੌਣ ਲੋਕ ਸੀਗੇ, ਇਹਦੀ ਦੁਸ਼ਮਣੀ ਕੀ ਸੀ, ਕੀ ਕਾਰਨ ਕੀ ਰਿਹਾ, ਕਿ ਪਹਿਲਾਂ ਗੋਲੀ ਵਾਲੀ ਬਰਾਤ ਵਾਲੀ ਕਾਰ ਜਿਹੜੀ ਹੈ ਸਜਾਈ ਗਈ ਹੈ, ਫਿਰ ਉਸੇ ਕਾਰ ਦੇ ਵਿੱਚ ਲਿਜਾ ਕੇ ਰਸਤੇ ਦੇ ਵਿੱਚ ਉਹਨੂੰ ਗੋਲੀ ਮਾਰ ਦਿੱਤੀ ਗਈ ਹੈ। ਹਾਲਾਂਕਿ ਨਵਦੀਪ ਦੀ ਹਾਲਤ ਕਿਸ ਤਰ੍ਹਾਂ ਹੈ, ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਲੇਕਿਨ ਪੁਲਿਸ ਇਸ ਮਾਮਲੇ ਦੇ ਵਿੱਚ ਗਗਨ ਜਾਂਚ ਕਰ ਰਹੀ ਹੈ ਕਿ ਕੌਣ ਲੋਕ ਸੀਗੇ ਜਿਨ੍ਹਾਂ ਨੇ ਉਹਨੂੰ ਕਾਰ ਬੁੱਕ ਕਰਾਈ ਸੀਗੀ ਔਰ ਕਿਉਂ ਗੋਲੀ ਮਾਰੀ ਹੈ।
ਦੀਪਕ, ਸਵਾਲ ਇਹ ਕਿ ਕਿਉਂਕਿ ਕਾਰ ਜਿਹੜੀ ਹੈ ਸਜੀ ਹੋਈ ਨਜ਼ਰ ਆ ਰਹੀ ਹੈ ਔਰ ਪੂਰਾ ਤਿਆਰੀ ਦੇ ਨਾਲ ਜਾ ਰਿਹਾ ਸੀਗਾ, ਵਿਆਹ ਕਿੱਥੇ ਹੋਣਾ ਸੀ, ਕਿੱਥੋਂ ਕਿੱਥੇ ਬਰਾਤ ਲੈ ਕੇ ਜਾਣੀ ਸੀ, ਜਾਂ ਜਿਨ੍ਹਾਂ ਦੇ ਘਰ ਡੋਲੀ ਵਾਲੀ ਕਾਰ ਲੈ ਕੇ ਜਾਣੀ ਸੀ, ਜਿਨ੍ਹਾਂ ਦੇ ਲਈ ਇਹ ਬੁਕਿੰਗ ਕੀਤੀ ਸੀ, ਕਿ ਉਹਨਾਂ ਲੋਕਾਂ ਦੇ ਨਾਲ ਰਾਬਤਾ ਕਾਇਮ ਹੋ ਪਾਇਆ, ਕਿ ਉਹਨਾਂ ਬਾਰੇ ਕੋਈ ਜਾਣਕਾਰੀ ਮਿਲ ਪਾਈ ਹੈ? ਦੇਖੋ, ਜਿਹੜੀ ਹਜੇ ਤੱਕ ਦੀ ਜਾਣਕਾਰੀ ਮਿਲ ਰਹੀ ਹੈ ਕਿ ਸੁਬਹਾ ਜਦੋਂ 8:30 ਇੱਕ ਫਲਾਵਰ ਡੈਕੋਰੇਸ਼ਨ ਵਾਲੇ ਕੋਲ ਸਵਿਫਟ ਡਿਜ਼ਾਇਰ ਗੱਡੀ ਪਹੁੰਚਦੀ ਆ, ਨਵਦੀਪ ਸਿੰਘ ਉੱਥੇ ਹੀ ਗੱਡੀ ਨੂੰ ਤਿਆਰ ਕਰਵਾਉਂਦਾ, ਫੁੱਲਾਂ ਨਾਲ ਸਜਾਉਂਦਾ, ਔਰ ਉੱਥੇ ਹੀ ਦੋ ਜਿਹੜੇ ਬੰਦੇ ਆਉਂਦੇ ਨੇ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਕਿ ਕਾਰ ਬੁੱਕ ਕਰਾਈ ਗਈ ਸੀ, ਉਹੀ ਦੋ ਬੰਦੇ ਆਉਂਦੇ ਆ, ਉਹਦੇ ਨਾਲ ਗੱਡੀ ਦੇ ਵਿੱਚ ਬੈਠ ਜਾਂਦੇ ਆ ਔਰ ਗੱਡੀ ਉੱਥੋਂ ਚਲੀ ਜਾਂਦੀ ਹੈ, ਔਰ ਉਸੇ ਜਗ੍ਹਾ ਤੋਂ ਤਕਰੀਬਨ 8-10 ਕਿਲੋਮੀਟਰ ਦੂਰ ਜਾ ਕੇ ਸਿੰਘਾਂ ਵਾਲੇ ਦੇ ਕੋਲ ਜਿਹੜੀ ਹੈ ਉਹਨੂੰ ਗੋਲੀ ਮਾਰ ਦਿੱਤੀ ਗਈ ਹੈ। ਹਾਲਾਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਖੰਗਾਲ ਰਹੀ ਹੈ ਕਿ ਕਿਹਨੇ ਬੁੱਕ ਕਰਾਈ ਸੀ ਗੱਡੀ, ਗੱਡੀ ਦੇ ਵਿੱਚ ਬੈਠਣ ਵਾਲੇ ਕੌਣ ਸੀਗੇ, ਕਾਰਨ ਕੀ ਰਿਹਾ, ਕਿਉਂ ਗੋਲੀ ਮਾਰੀ ਗਈ, ਕੋਈ ਪੁਰਾਣੀ ਰੰਜਿਸ਼ ਹੈ ਜਾਂ ਕਿਸ ਤਰ੍ਹਾਂ ਪਲਾਨ ਕੀਤਾ ਗਿਆ, ਪਹਿਲਾਂ ਕਾਰ ਬੁੱਕ ਕਰਵਾਈ ਗਈ ਹੈ, ਉਹਨੂੰ ਸਜਾਇਆ ਗਿਆ, ਉਸ ਤੋਂ ਬਾਅਦ ਉਸੇ ਕਾਰ 'ਚ ਲਿਆ ਕੇ ਉਹਨੂੰ ਗੋਲੀ ਮਾਰ ਦਿੱਤੀ ਹੈ। ਜਗਨ, ਯਾਨੀ ਆਪਣੇ ਆਪ ਵਿੱਚ ਜਾਂਚ ਦਾ ਵਿਸ਼ਾ ਹੈ, ਵੱਡਾ ਜਾਂਚ ਦਾ ਵਿਸ਼ਾ ਹੈਗਾ ਕਿ ਜਿਹੜੇ ਲੋਕ ਬੁਕਿੰਗ ਕਰਾਉਣ ਆਏ ਸੀਗੇ ਉਹੀ ਲੈ ਕੇ ਜਾਂਦੇ ਨੇ ਔਰ ਉਹੀ ਰਾਹ ਵਿੱਚ ਗੋਲੀ ਮਾਰ ਕੇ ਉੱਥੋਂ ਫਿਰ ਫਰਾਰ ਹੋਏ ਨੇ, ਆ ਕਿਸ ਤਰੀਕੇ ਪੂਰੇ ਦਾ ਪੂਰਾ ਘਟਨਾਕ੍ਰਮ ਆਪਣੇ ਆਪ ਵਿੱਚ ਜਾਂਚ ਦਾ ਵਿਸ਼ਾ ਪੁਲਿਸ ਦੇ ਲਈ ਕਿ ਕੀ ਵਾਕਈ ਕੋਈ ਵਿਆਹ ਸੀ ਵੀ ਜਾਂ ਰੰਜਿਸ਼ਨ, ਕੋਈ ਸਾਜਿਸ਼ ਘੜ ਕੇ ਇਸ ਤਰੀਕੇ ਦੀ ਬੁਕਿੰਗ ਕਰਾਈ ਗਈ ਹੈ, ਉਸ ਤਰੀਕੇ ਦਾ ਕੰਮ ਕੀਤਾ ਗਿਆ, ਸਿਰਫ ਉਸਨੂੰ ਗੋਲੀ ਮਾਰਨ ਦੇ ਲਈ ਇਸ ਤਰੀਕੇ ਦਾ ਇਹ ਕਹਿ ਲਿਆ ਜਾਵੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਬੁਕਿੰਗ ਕਰਾਈ ਗਈ ਹੈ, ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈ। ਬਹੁਤ ਸ਼ੁਕਰੀਆ ਦੀਪਕ ਇਸ ਤਮਾਮ ਜਾਣਕਾਰੀ ਦੇ ਲਈ। ਦੀਪਕ ਸਿੰਗਲਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ। ਇਹ ਪੂਰੇ ਦਾ ਪੂਰਾ ਮਾਮਲਾ ਆਪਣੇ ਆਪ ਵਿੱਚ ਗੁੰਝਲ ਇੱਕ ਫਿਲਹਾਲ ਨਜ਼ਰ ਆ ਰਿਹਾ, ਕਿਉਂਕਿ ਹਜੇ ਇਹ ਸਪਸ਼ਟ ਨਹੀਂ ਹੋਇਆ ਕਿ ਕਿੱਥੋਂ ਕਿੱਥੇ ਤੱਕ ਬਰਾਤ ਲੈ ਕੇ ਜਾਣੀ ਸੀ। ਨਵਦੀਪ ਨੇ ਜੇਕਰ ਬੁਕਿੰਗ ਵਿਆਹ ਦੇ ਲਈ ਕੀਤੀ ਸੀ ਔਰ ਜਿਹੜੇ ਲੋਕਾਂ ਨੇ ਬੁਕਿੰਗ ਵਿਆਹ ਦੇ ਨਾਂ 'ਤੇ ਕੀਤੀ ਸੀਗੀ, ਬਕਾਇਦਾ ਕਾਰ ਸਜਾਈ ਗਈ ਸੀ, ਉਹ ਲੋਕ ਹੀ ਗੋਲੀ ਮਾਰਦੇ ਨੇ ਨਵਦੀਪ ਨੂੰ। ਤੇ ਆਪਣੇ ਆਪ ਵਿੱਚ ਵੱਡਾ ਸਵਾਲ ਇਹ ਹੈ ਕਿ ਕੀ ਕਿਸੇ ਬਰਾਤ ਦੇ ਲਈ ਇਸ ਗੱਡੀ ਨੇ ਜਾਣਾ ਵੀ ਸੀ ਜਾਂ ਸਿਰਫ ਨਵਦੀਪ ਨੂੰ ਜ਼ਖਮੀ ਕਰਨ ਦੇ ਲਈ ਇਹ ਪੂਰੇ ਦਾ ਪੂਰਾ ਇਹ ਕਹਿ ਲਿਆ ਜਾਵੇ ਕਿ ਇਹ ਸਾਜਿਸ਼ ਘੜੀ ਗਈ ਹੈ ਜਿਸ ਦੇ ਤਹਿਤ ਨਵਦੀਪ ਨੂੰ ਗੋਲੀ ਮਾਰ ਕੇ ਫਿਰ ਉਹ ਦੋਵੇਂ ਉੱਥੋਂ ਗਾਇਬ ਨੇ ਔਰ ਉਹ ਦੋਵੇਂ ਫਰਾਰ ਨੇ। ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਹਾਲਾਂਕਿ ਪਹਿਲੀ ਨਜ਼ਰ ਦੇ ਵਿੱਚ ਮਾਮਲਾ ਕਾਫੀ ਗੁੰਝਲ ਭਰਿਆ ਲੱਗ ਰਿਹਾ ਹੈ, ਕਿਉਂਕਿ ਇਸ ਮਾਮਲੇ ਦੇ ਵਿੱਚ ਕਾਰ ਡਰਾਈਵਰ, ਕਾਰ ਦਾ ਮਾਲਿਕ ਵੀ ਉਹ ਆਪ ਹੀ ਹੈ, ਗੱਡੀ ਦੀ ਡੈਕੋਰੇਸ਼ਨ ਕਰਾ ਕੇ ਨਿਕਲਦਾ ਔਰ ਜਿਸ ਥਾਂ ਤੋਂ ਨਿਕਲਿਆ ਉੱਥੋਂ ਉਸਦੇ ਨਾਲ ਦੋ ਲੋਕ ਹੋਰ ਸੀਗੇ ਕਾਰ ਦੇ ਵਿੱਚ ਔਰ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਹੀ ਬੁਕਿੰਗ ਕਰਾਈ ਸੀ, ਪਰ ਉੱਥੋਂ ਤਕਰੀਬਨ 7-8 ਕਿਲੋਮੀਟਰ ਦੂਰ ਜਾ ਕੇ ਕਾਰ ਦੇ ਡਰਾਈਵਰ ਨੂੰ ਗੋਲੀ ਮਾਰ ਦਿੱਤੀਆਂ ਜਾਂਦੀਆਂ ਨੇ। ਦੋ ਗੋਲੀਆਂ ਵੱਜੀਆਂ ਨੇ, ਇਹ ਜਾਣਕਾਰੀ ਸ਼ੁਰੂਆਤੀ ਪੱਧਰ 'ਤੇ ਮਿਲੀ ਹੈ, ਹਾਲਤ ਗੰਭੀਰ ਹੈ। ਦੋ ਗੋਲੀਆਂ ਵੱਜਣ ਤੋਂ ਬਾਅਦ ਡਰਾਈਵਰ ਖੁਦ ਕਾਲ ਕਰਦਾ ਆਪਣੇ ਸਾਥੀਆਂ ਨੂੰ, ਦੱਸਦਾ ਕਿ ਉਸਨੂੰ ਗੋਲੀਆਂ ਲੱਗੀਆਂ ਨੇ ਔਰ ਉਹ ਜਾ ਰਿਹਾ ਸੀਗਾ ਕਿਤੇ ਬੁਕਿੰਗ ਦੇ ਲਈ, ਉਸਦੇ ਸਾਥੀ ਜਾਂਦੇ ਨੇ ਤਾਂ ਰਾਹ ਵਿੱਚ ਹੀ ਉਹਨਾਂ ਨੂੰ ਟੱਕਰਦਾ ਅਤੇ ਉਸਦੀ ਹਾਲਤ ਗੰਭੀਰ ਹੈ, ਉਸਨੂੰ ਲੁਧਿਆਣਾ ਰੈਫਰ ਕੀਤਾ ਗਿਆ। ਪਰ ਸਵਾਲ ਇੱਥੇ ਇਹ ਹੈ ਕਿ ਬਰਾਤ ਵਾਲੀ ਕਾਰ ਜਿਹੜੀ ਤਿਆਰ ਕੀਤੀ ਗਈ ਸੀ, ਕਿ ਬਾਕੀ ਇਸਨੇ ਕਿਸੇ ਬਰਾਤ ਨੂੰ ਲੈ ਕੇ ਜਾਣਾ ਸੀ ਜਾਂ ਨਵਦੀਪ ਸਿੰਘ ਜਿਹੜਾ ਕਾਰ ਦਾ ਮਾਲਿਕ ਅਤੇ ਡਰਾਈਵਰ ਸੀਗਾ, ਕਿ ਉਸਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਹੀ ਇਸ ਕਾਰ ਨੂੰ ਤਿਆਰ ਕੀਤਾ ਗਿਆ, ਇਹ ਆਪਣੇ ਆਪ ਵਿੱਚ ਵੱਡਾ ਸਵਾਲ।